10 ਵਕਤੀ ਸਭ ਤੋਂ ਵੱਡੀ ਖਬਰ ਦਾ ਰੁਕ ਕਰ ਲੈਂਦੇ ਹਾਂ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਧੂਰੀ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਦੱਸਦੇ ਕਿ ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਕਾਂਗਰਸ ਨੂੰ ਅਸਤੀਫਾ ਦਿੱਤਾ। ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਲਬੀਰ ਗੋਲਡੀ ਵੱਲੋਂ ਦਿੱਤਾ ਗਿਆ ਤੇ ਟਿਕਟ ਨਾ ਮਿਲਣ ਤੋਂ ਨਾਰਾਜ਼ ਦਲਬੀਰ ਗੋਲਡੀ ਚੱਲ ਰਹੇ ਸੀ ਸੋਸ਼ਲ ਮੀਡੀਆ ਤੇ। ਬੀਤੇ ਦਿਨੀ ਉਹਨਾਂ ਨੇ ਪੋਸਟ ਪਾ ਕੇ ਦੂਜੀ ਪਾਰਟੀ ਦੇ ਵਿੱਚ ਜਾਣ ਦੇ ਸੰਕੇਤ ਵੀ ਦਿੱਤੇ ਸੀ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ, ਲੋਕ ਸਭਾ ਚੋਣਾਂ ਤੋਂ ਪਹਿਲਾਂ ਧੂਰੀ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਦੱਸ ਦੇ ਕਿ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ। ਤਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਕਮਲਦੀਪ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਤਾਂ ਜੀ ਕਮਲ, ਲੋਕ ਸਭਾ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਦਲਬੀਰ ਗੋਲਡੀ ਦੇ ਅਸਤੀਫੇ ਦੀਆਂ ਕੈਸਰਾਈਆਂ ਕੱਲ ਹੀ ਲਗਾਈਆਂ ਜਾ ਰਹੀਆਂ ਸੀ ਸੋਸ਼ਲ ਮੀਡੀਆ ਤੇ, ਉਹਨਾਂ ਨੇ ਪੋਸਟ ਪਾਈ ਤਾਂ ਵੱਡਾ ਝਟਕਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ। ਬਿਲਕੁਲ ਕੁਲਵਿੰਦਰ, ਦੇਖੋ ਖਾਸ ਤੌਰ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ। ਧੂਰੀ ਤੋਂ ਸਾਬਕਾ ਵਿਧਾਇਕ ਅਤੇ ਸੰਗਰੂਰ ਲੋਕ ਸਭਾ ਸੀਟ ਦੇ ਦਾਅਵੇਦਾਰ ਦਲਵੀਰ ਸਿੰਘ ਗੋਲਡੀ ਹੋਰਾਂ ਵੱਲੋਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ। ਉਹਨਾਂ ਨੇ ਜੋ ਸਭ ਤੋਂ ਪਹਿਲੀ ਲਾਈਨ ਲਿਖੀ ਹੈ ਬਹੁਤ ਮਾਇਨੇ ਰੱਖਦੀ ਹੈ। ਉਹਨਾਂ ਨੇ ਲਿਖਿਆ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਇਹ ਕਿਤੇ ਨਾ ਕਿਤੇ ਉਹਨਾਂ ਨੇ ਕੁਝ ਸੀਨੀਅਰ ਆਗੂਆਂ ਦੇ ਵੱਲ ਇਸ਼ਾਰਾ ਕੀਤਾ ਕਿ ਉਹਨਾਂ ਦੀ ਨਾਰਾਜ਼ਗੀ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਤੇ ਮੁੱਢਲੀ ਮੈਂਬਰਸ਼ਿਪ ਛੱਡ ਰਹੇ ਨੇ। ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਪੋਸਟ ਪਾਈ ਹੈ, ਪੋਸਟ ਦੇ ਵਿੱਚ ਕਿਹਾ ਕਿ ਮੈਨੂੰ ਬਹੁਤ ਔਖਾ ਡਿਸੀਜਨ ਲੈਣਾ ਪਿਆ, ਮੇਰੇ ਨਾਲ ਦੇ ਤੇ ਮੇਰੇ ਜੋ ਪਰਿਵਾਰਿਕ ਮੈਂਬਰ ਨੇ ਉਹ ਜਾਣਦੇ ਨੇ ਕਿ ਇਹ ਫੈਸਲਾ ਮੇਰੇ ਲਈ ਲੈਣਾ ਕਿੰਨਾ ਔਖਾ ਸੀਗਾ। ਕਿਉਂਕਿ ਜਿਸ ਦਿਨ ਤੋਂ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਉਸ ਦਿਨ ਤੋਂ ਹੀ ਲਗਾਤਾਰ ਦਲਵੀਰ ਸਿੰਘ ਗੋਲਡੀ ਨਾਰਾਜ਼ ਚੱਲ ਰਹੇ ਸਨ ਕਿਉਂਕਿ ਬਾਈ ਇਲੈਕਸ਼ਨ ਤੇ ਦਲਵੀਰ ਸਿੰਘ ਗੋਲਡੀ ਸੰਗਰੂਰ ਲੋਕ ਸਭਾ ਨੂੰ ਲੈ ਕੇ ਤਿਆਰੀਆਂ ਕਰ ਰਹੇ ਸਨ, ਪਰ ਐਨ ਮੌਕੇ ਤੇ ਆ ਕੇ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ। ਹਾਲਾਂਕਿ ਉਸ ਟਿਕਟ ਕੱਟਣ ਦੇ ਵਿੱਚ ਕੁਝ ਸੀਨੀਅਰ ਆਗੂਆਂ ਦਾ ਨਾਂ ਦਲਵੀਰ ਗੋਲਡੀ ਸਿੱਧੇ ਦੇ ਤੌਰ ਤੇ ਤਾਂ ਨਹੀਂ ਲੈਂਦੇ, ਪਰ ਇਸ਼ਾਰਾ ਜ਼ਰੂਰ ਕਰਦੇ ਨੇ ਕਿ ਕੁਝ ਸੀਨੀਅਰ ਆਗੂਆਂ ਨੇ, ਲੀਡਰਾਂ ਨੇ ਉਹਨਾਂ ਦੀ ਟਿਕਟ ਕਟਾਈ ਹੈ, ਜਿਸ ਤੋਂ ਬਾਅਦ ਨਾਰਾਜ਼ਗੀ ਲਗਾਤਾਰ ਕਿਸੇ ਦੇ ਵੱਧਦੀ ਗਈ। ਕੁਝ ਸਮਾਂ ਪਹਿਲਾਂ ਕਿਸੇ ਦੇ ਨਾਰਾਜ਼ਗੀ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾਰਾਜ਼ਗੀ ਦੂਰ ਨਹੀਂ ਹੋਈ। ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ, ਜਿਸ ਤੋਂ ਬਾਅਦ ਲਗਾਤਾਰ ਕੈਸ ਵਗਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਦਲਵੀਰ ਸਿੰਘ ਗੋਲਡੀ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਨੇ, ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਸਕਦੇ ਨੇ। ਤਾਂ ਅੱਜ ਉਹਨਾਂ ਨੇ ਆਪਣੀ ਜੋ ਕਾਂਗਰਸ ਪਾਰਟੀ ਤੋਂ ਮੁੱਢਲੀ, ਹਾਲਾਂਕਿ ਅੱਗੇ ਉਹ ਆਪਣੀ ਸਿਆਸੀ ਪਾਰੀ ਕਿਸ ਪਾਰਟੀ ਦੇ ਨਾਲ ਖੇਡਣਗੇ ਕਿ ਸੰਗਰੂਰ ਦੀ ਜੋ ਲੋਕ ਸਭਾ ਚੋਣ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਆਉਣਗੇ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਉਹ ਜੁੜਨਗੇ, ਕਿਉਂਕਿ ਸੰਗਰੂਰ ਦੇ ਵਿੱਚ ਜਿੱਥੇ ਕਾਂਗਰਸ ਵੱਲੋਂ ਆਪਣਾ ਕੈਂਡੀਡੇਟ ਉਤਾਰ ਦਿੱਤਾ ਗਿਆ, ਅਕਾਲੀ ਦਲ ਵੱਲੋਂ ਆਪਣਾ ਕੈਂਡੀਡੇਟ ਉਤਾਰ ਦਿੱਤਾ ਗਿਆ, ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਉਤਾਰ ਦਿੱਤਾ ਗਿਆ, ਤਾਂ ਉੱਥੇ ਭਾਜਪਾ ਨੇ ਹਜੇ ਤੱਕ ਸੰਗਰੂਰ ਲੀਡਰ ਨੂੰ ਲੈ ਕੇ ਤੇ ਹਾਲਾਂਕਿ ਚਰਚਾਵਾਂ ਜ਼ਰੂਰ ਜਿਹੜੀਆਂ ਕਿ ਚੱਲ ਰਹੀਆਂ ਨੇ ਕਿ ਦਲਵੀਰ ਸਿੰਘ ਗੋਲਡੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਭਾਜਪਾ ਉਹਨਾਂ ਨੂੰ ਸੰਗਰੂਰ ਤੋਂ ਚੋਣ ਲੜਾ ਸਕੇ, ਪਰ ਹਜੇ ਤੱਕ ਇਹ ਸਿਰਫ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੀ ਹੈ ਕਿ ਦਲਵੀਰ ਸਿੰਘ ਗੋਲਡੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ, ਪਰ ਇੱਕ ਗੱਲ ਕਨਫਰਮ ਹੈ ਕਿ ਉਹਨਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਹੁਣ ਆਪਣੀ ਅਗਲੀ ਨਵੀਂ ਸਿਆਸਤਦਾਰੀ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਉਹ ਸ਼ੁਰੂ ਕਰਨਗੇ। ਤਾਂ ਬਿਲਕੁਲ ਕਮਲ, ਜਿਸ ਤਰੀਕੇ ਨਾਲ ਸੁਖਪਾਲ ਖਹਿਰਾ ਨੂੰ ਜਦੋਂ ਚੋਣ ਮੈਦਾਨ ਦੇ ਵਿੱਚ ਕਾਂਗਰਸ ਵੱਲੋਂ ਉਤਾਰਿਆ ਜਾਂਦਾ ਤਾਂ ਦਲਵੀਰ ਗੋਲਡੀ ਦੀ ਨਾਰਾਜ਼ਗੀ ਚੱਕ ਜ਼ਾਹਿਰ ਹੁੰਦੀ ਹੈ, ਉਹ ਭਾਵੁਕ ਵੀ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਲਈ ਕੀ ਨਹੀਂ ਕੀਤਾ, ਕਿ ਮੇਰੀ ਟਿਕਟ ਇੱਥੋਂ ਕੱਟੀ ਗਈ ਹੈ, ਮੈਂ ਪਾਰਟੀ ਦੇ ਲਈ ਬਹੁਤ ਕੁਝ ਕੀਤਾ। ਹਾਲਾਂਕਿ ਸੁਖਪਾਲ ਖਹਿਰਾ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਵੀ ਸਾਡੇ ਨਾਲ ਦਾ ਹੀ ਹੈ, ਅਸੀਂ ਉਹਨਾਂ ਨੂੰ ਮਨਾਵਾਂਗੇ, ਪਰ ਉਸ ਤੋਂ ਬਾਅਦ ਕੱਲ੍ਹ ਵੀ ਸੁਖਪਾਲ ਖਹਿਰਾ ਦਾ ਬਿਆਨ ਆਇਆ ਕਿ ਜੇ ਉਹ ਕਾਂਗਰਸ ਛੱਡਦੇ ਨੇ ਤਾਂ ਵੱਡੀ ਸਿਆਸੀ ਗਲਤੀ ਦਲਵੀਰ ਗੋਲਡੀ ਕਰਨਗੇ। ਦੇਖੋ ਖਾਸ ਤੌਰ ਤੇ ਕੁਲਵਿੰਦਰ, ਕਿਉਂਕਿ ਦਲਵੀਰ ਸਿੰਘ ਗੋਲਡੀ ਇੱਕ ਯੂਥ ਲੀਡਰ ਦੇ ਤੌਰ ਤੇ ਉਭਰੇ ਸਨ,
ਕਾਂਗਰਸ ਦੇ ਵਿੱਚ ਉਹਨਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਇਹ ਯੂਨੀਵਰਸਿਟੀ ਤੋਂ ਲੈ ਕੇ ਕਹਿ ਸਕਦੇ ਜੋ ਸਟੂਡੈਂਟ ਹੁੰਦੀ ਹੈ ਪੋਲੀਟਿਕਸ ਉਸ ਤੋਂ ਸ਼ੁਰੂ ਕਰਕੇ ਤਾਂ ਧੂਰੀ ਤੋਂ MLA ਬਣੇ ਹਾਲਾਂਕਿ ਇਸ ਵਾਰ ਵੀ ਧੂਰੀ ਤੋਂ ਚੋਣ ਲੜੇ ਹਾਲਾਂਕਿ ਜਿੱਤ ਨਹੀਂ ਸਕੇ ਪਰ ਉਸ ਤੋਂ ਬਾਅਦ ਜੋ ਕਹਿ ਸਕਦੇ ਬਾਈ ਇਲੈਕਸ਼ਨ ਹੋਈ ਉਸ ਦੇ ਵਿੱਚ ਵੀ ਪਾਰਟੀ ਨੇ ਇੱਕ ਜ਼ਿੰਮੇਵਾਰੀ ਜ਼ਰੂਰ ਦਿੱਤੀ ਪਰ ਉਸ ਦੇ ਵਿੱਚ ਵੀ ਉਹਨਾਂ ਨੇ ਜਿੱਤ ਪ੍ਰਾਪਤ ਨਹੀਂ ਕਰ ਸਕੀ ਪਰ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਅਤੇ ਉਹ ਲਗਾਤਾਰ ਸੰਗਰੂਰ ਸੀਟ ਤੇ ਕੰਮ ਕਰ ਰਹੇ ਸਨ ਵੱਖ ਵੱਖ ਪਿੰਡਾਂ ਦੇ ਵਿੱਚ ਜੋ ਦੌਰੇ ਹੋਣ ਚਾਹੇ ਉੱਥੇ ਜਾਣਾ ਆਉਣਾ ਹੋਵੇ ਉਹ ਸੀਟ ਲੋਕਾਂ ਦੇ ਵਿੱਚ ਵਿਚਰ ਰਹੇ ਸਨ ਤਾਂ ਇੱਕ ਤਰੀਕੇ ਦੇ ਨਾਲ ਦਾਅਵੇਦਾਰੀ ਜਿਹੜੀ ਕਿ ਆਪਣੇ ਠੋਕ ਰਹੇ ਸਨ ਸੰਗਰੂਰ ਸੀਟ ਨੂੰ ਲੈ ਕੇ ਪਰ ਉੱਥੇ ਜਦੋਂ ਇਲੈਕਸ਼ਨ ਨੂੰ ਲੈ ਕੇ ਅਨਾਊਂਸਮੈਂਟ ਹੁੰਦੀ ਹੈ ਸੀਟਾਂ ਦੀ ਅਨਾਊਂਸਮੈਂਟ ਹੁੰਦੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਪਲੱਸ ਨੂੰ ਲੈ ਕੇ ਕਾਂਗਰਸ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੀ ਜਿਸ ਤੋਂ ਦਲਵੀਰ ਸਿੰਘ ਗੋਲਡੀ ਨਾਰਾਜ਼ ਹੁੰਦੇ ਨੇ ਕਿ ਬਾਈ ਇਲੈਕਸ਼ਨ ਵੇਲੇ ਜਿਸ ਸਮੇਂ ਕਹਿ ਸਕਦੇ ਇਹ ਔਖਾ ਵੇਲਾ ਸੀਗਾ ਉਸ ਸਮੇਂ ਤਾਂ ਦਲਵੀਰ ਸਿੰਘ ਗੋਲਡੀ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਸ ਤੋਂ ਬਾਅਦ ਜਦੋਂ ਹੁਣ ਕਹਿ ਸਕਦੇ ਆ ਓਵਰਆਲ ਇਲੈਕਸ਼ਨ ਹੈ ਤਾਂ ਉਸ ਸਮੇਂ ਕਿਉਂ ਨੀ ਉਹ ਦਲਵੀਰ ਸਿੰਘ ਗੋਲਡੀ ਹੋਰਾਂ ਨੂੰ ਮੌਕਾ ਦਿੱਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੀ ਨਾਰਾਜ਼ਗੀ ਲਗਾਤਾਰ ਦਿਖਾਈ ਦੇ ਰਹੀ ਸੀ ਹਾਲਾਂਕਿ ਵਿੱਚੋਂ ਕੁਝ ਸਮੇਂ ਦੇ ਲਈ ਜਿਸ ਸਮੇਂ ਕਹਿ ਸਕਦੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸਮੇਂ ਉਹ ਮੰਨ ਵੀ ਗਏ ਸਨ ਪਰ ਉਸ ਤੋਂ ਬਾਅਦ ਫਿਰ ਇਹ ਕਹਿ ਸਕਦੇ ਆ ਨਾਰਾਜ਼ਗੀ ਦਾ ਦੌਰ ਸ਼ੁਰੂ ਹੋਇਆ ਅਤੇ ਇਸ ਨਾਰਾਜ਼ਗੀ ਦੇ ਦੌਰ ਦੇ ਤਹਿਤ ਕਾਂਗਰਸ ਦੀ ਪਹਿਲੀ ਵਿਕਟ ਕਿਤੇ ਨਾ ਕਿਤੇ ਡਿੱਗੀ ਹੈ ਪੰਜਾਬ ਦੇ ਵਿੱਚ ਦਲਵੀਰ ਸਿੰਘ ਗੋਲਡੀ ਹੋਰਾਂ ਨੇ ਅਸਤੀਫਾ ਦਿੱਤਾ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਉਹਨਾਂ ਨੇ ਛੱਡੀ ਹਾਲਾਂਕਿ ਰਾਜਨੀਤਿਕ ਤੌਰ ਤੇ ਚਰਚਾ ਬਹੁਤ ਹੁੰਦੀ ਹੈ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬੀਤੇ ਦਿਨ ਹੀ ਕਿਹਾ ਕਿ ਜੇਕਰ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡਦੇ ਨੇ ਤਾਂ ਬਹੁਤ ਵੱਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਗਲਤੀ ਹੋਵੇਗੀ ਪਰ ਰਾਜਨੀਤਿਕ ਫੈਸਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਦਿੰਦੇ ਨੇ ਚਾਹੇ ਦਲਵੀਰ ਸਿੰਘ ਗੋਲਡੀ ਕਿਸੇ ਪਾਰਟੀ ਦੇ ਨਾਲ ਜੁੜਦੇ ਨੇ ਉਸ ਤੋਂ ਬਾਅਦ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਉਹਨਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਸੰਗਰੂਰ ਤੋਂ ਇਲੈਕਸ਼ਨ ਲੜਾਈ ਜਾਂਦੀ ਆ ਜਾਂ ਕਿਤੇ ਹੋਰ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਹਿ ਸਕਦੇ ਰਾਜਨੀਤਿਕ ਭਵਿੱਖ ਜਿਹੜਾ ਕਿ ਹੋਰ ਉਜਾਗਰ ਹੋਣ ਦੀ ਸੰਭਾਵਨਾ ਜਤਾਈ ਜਾਂਦੀ ਆ ਪਰ ਦੇਖਣਾ ਹੋਵੇਗਾ ਕਿ ਦਲਵੀਰ ਸਿੰਘ ਗੋਲਡੀ ਹੁਣ ਆਪਣੇ ਨਵੇਂ ਸਿਆਸੀ ਕਰੀਅਰ ਦੀ ਸ਼ੁਰੂਆਤ ਹੈ ਕਿਸ ਤਰੀਕੇ ਨਾਲ ਕਰਨਗੇ ਤਾਂ ਬਿਲਕੁਲ ਕਮਲ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਐਲਾਨੀ ਸੀ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਸੁਖਜਿੰਦਰ ਰੰਧਾਵਾ ਦੇ ਨਾਲ ਜ਼ੀ ਮੀਡੀਆ ਨੇ ਜਦੋਂ ਗੱਲਬਾਤ ਕੀਤੀ ਤਾਂ ਰੰਧਾਵਾ ਸਾਹਿਬ ਕਹਿੰਦੇ ਨੇ ਕਿ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਪਾਰਟੀ ਛੱਡ ਕੇ ਵੀ ਜਾਂਦਾ ਕੀ ਲੱਗਦਾ ਕਿ ਜੋ ਦਲਵੀਰ ਗੋਲਡੀ ਦਾ ਇਹ ਅਸਤੀਫਾ ਆਇਆ ਪਾਰਟੀ ਨੂੰ ਇਸਦਾ ਖਮਿਆਸਾ ਭੁਗਤਣਾ ਪਵੇਗਾ ਕਿਉਂਕਿ ਰੰਧਾਵਾ ਜੀ ਨੇ ਇਹ ਵੀ ਗੱਲ ਆਖੀ ਕਿ ਵੋਟ ਕਦੇ ਵੀ ਵਿਅਕਤੀ ਨੂੰ ਨਹੀਂ ਪੈਂਦੀ ਵੋਟ ਪਾਰਟੀ ਨੂੰ ਪੈਂਦੀ ਹੈ ਦੇਖੋ ਕੁਲਵਿੰਦਰ ਇਸ ਚੀਜ਼ ਤੇ ਦੋ ਸਮੀਕਰਨ ਬਣਦੇ ਹੁੰਦੇ ਨੇ ਜਦੋਂ ਵੀ ਕਹਿ ਸਕਦੇ ਆ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਦੇ ਨਜ਼ਦੀਕ ਬਹੁਤ ਸਾਰੇ ਲੀਡਰ ਪਾਰਟੀ ਵੀ ਛੱਡਦੇ ਨੇ ਬਹੁਤ ਸਾਰੇ ਲੀਡਰ ਕਹਿ ਸਕਦੇ ਆ ਹੋਰ ਪਾਰਟੀ ਛੱਡ ਕੇ ਉਸ ਪਾਰਟੀ ਦੇ ਵਿੱਚ ਜੁਆਇਨ ਵੀ ਕਰਦੇ ਨੇ ਜਦੋਂ ਕੋਈ ਬਾਹਰੀ ਵਿਅਕਤੀ ਆਉਂਦਾ ਤਾਂ ਹਮੇਸ਼ਾ ਪਾਰਟੀ ਦਾ ਇਹ ਤਰਕ ਹੁੰਦਾ ਹੈ ਕਿ ਇਸ ਲੀਡਰ ਦੇ ਉਹਨਾਂ ਨੂੰ ਬਹੁਤ ਸਾਰਾ ਬਲ ਮਿਲੇਗਾ ਜਦੋਂ ਕੋਈ ਵਿਅਕਤੀ ਪਾਰਟੀ ਛੱਡ ਕੇ ਜਾਂਦਾ ਤਾਂ ਉਦੋਂ ਇਹ ਜਿਹੜੇ ਤਰਕ ਦਿੱਤੇ ਜਾਂਦੇ ਨੇ ਕਿ ਇਸ ਲੀਡਰ ਦੇ ਨਾਲ ਕਿਸੇ ਲੀਡਰ ਦੇ ਜਾਣ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਇੱਕ ਤਰੀਕਾ ਜਿਹੜਾ ਜ਼ਰੂਰ ਕਹਿ ਸਕਦੇ ਹਾਂ ਕਿ ਜਦੋਂ ਵੀ ਕੋਈ ਲੀਡਰ ਪਾਰਟੀ ਛੱਡਦਾ ਉਹ ਜਾਂ ਜਿੱਤਦਾ ਉਸ ਵਿਅਕਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੋਟ ਜਿਹੜੀ ਕਿ ਪੋਲ ਹੁੰਦੀ ਹੈ ਇੱਕ ਜੋ ਪਾਰਟੀ ਦਾ ਕੇਡਰ ਆ ਉਹ ਵੋਟ ਪੋਲ ਕਰਦਾ ਦੂਸਰਾ ਜੋ ਕਹਿ ਸਕਦੇ ਆ ਉਸ ਵਿਅਕਤੀ ਦੇ ਪ੍ਰਸ਼ੰਸਕ ਹੁੰਦੇ ਨੇ ਜਾਂ ਕਹਿ ਸਕਦੇ ਆ ਉਸ ਵਿਅਕਤੀ ਦਾ ਆਪਣਾ ਇੱਕ ਦਬਦਬਾ ਜਾਂ ਕੇਡਰ ਹੁੰਦਾ ਜਿਹੜਾ ਵੋਟਰ ਦੇ ਰੂਹ ਦੇ ਵਿੱਚ ਉਸ ਨੂੰ ਭੁਗਤਦਾ ਦੋ ਚੀਜ਼ਾਂ ਹੁੰਦੀਆਂ ਨੇ ਜੋ ਦਲਵੀਰ ਸਿੰਘ ਗੋਲਡੀ ਆ ਉਹਨਾਂ ਦਾ ਇੱਕ ਕਾਫੀ ਜੋ ਯੂਥ ਲੀਡਰ ਹੋਣ ਕਰਕੇ ਇੱਕ ਕਾਫੀ ਵੱਡਾ ਵੋਟ ਬੈਂਕ ਉਹਨਾਂ ਦੇ ਆਪਣੇ ਨਾਲ ਵੀ ਆ ਦੂਸਰਾ ਉਹਨਾਂ ਦੀ ਜੋ ਪਾਰਟੀ ਆ ਉਸ ਨਾਲ ਵੀ ਵੋਟ ਬੈਂਕ ਹੈ ਸਿੱਧੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਬਾਹਲਾ ਨਹੀਂ ਤਾਂ ਜੇਕਰ ਘੱਟੋ ਘੱਟ ਪਿਛਲੀ ਇਲੈਕਸ਼ਨ ਦੇ ਜੋ ਬਾਈ ਇਲੈਕਸ਼ਨ ਹੋਈ ਹੈ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ 30 ਤੋਂ 40 ਹਜ਼ਾਰ ਵੋਟ ਦਾ ਨੁਕਸਾਨ ਦਲਵੀਰ ਗੋਲਡੀ ਪੂਰੇ ਸੰਗਰੂਰ ਲੋਕ ਸਭਾ ਜੋ ਹਲਕੇ ਦੇ ਵਿੱਚ ਕਰ ਸਕਦੇ ਨੇ ਜੇਕਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਤਾਂ 30-40 ਹਜ਼ਾਰ ਵੋਟ ਦਾ ਨੁਕਸਾਨ ਸਿੱਧੇ ਤੌਰ ਤੇ ਕਾਂਗਰਸ ਨੂੰ ਝੱਲਣਾ ਪੈ ਸਕਦਾ।
ਤਾਂ ਬਿਲਕੁਲ ਕਮਲ, ਜਿਸ ਤਰੀਕੇ ਦੇ ਨਾਲ ਦਲ ਬਦਲੀਆਂ ਦਾ ਦੌਰ ਜਾਰੀ ਹੈ ਤੇ ਉਸਦੇ ਵਿਚਾਲੇ ਦਲਵੀਰ ਗੋੜੀ ਦੇ ਅਸਤੀਫੇ ਦੇ ਨਾਲ ਕਾਂਗਰਸ ਨੂੰ ਵੱਡਾ ਝਟਕਾ ਤਾਂ ਜ਼ਰੂਰ ਮੰਨਿਆ ਜਾ ਸਕਦਾ ਹੈ। ਬਿਲਕੁਲ, ਦੇਖੋ ਕਿਉਂਕਿ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਕਹਿ ਸਕਦੇ ਹਾਂ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੇ ਪਾਰਟੀਆਂ ਛੱਡੀਆਂ। ਚੌਧਰੀ ਸੰਤੋਖ ਪਰਿਵਾਰ, ਕਰਮਜੀਤ ਕੌਰ ਚੌਧਰੀ ਨੇ, ਉਹਨਾਂ ਨੇ ਪਾਰਟੀ ਛੱਡ ਦਿੱਤੀ। ਉਹਨਾਂ ਦੇ ਜੋ ਸਪੁੱਤਰ ਨੇ ਵਿਕਰਮ ਚੌਧਰੀ, ਉਹਨਾਂ ਨੂੰ ਪਾਰਟੀ ਨੇ ਕਹਿ ਸਕਦੇ ਮੁੱਢਲੀ ਮੈਂਬਰਸ਼ਿਪ ਦੇ ਉਹ ਜਿਹੜੇ ਕਿ ਅਗਲੇ ਹੁਕਮਤ ਤੱਕ ਸਸਪੈਂਡ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਜੀਪੀ ਪਾਰਟੀ ਛੱਡ ਚੁੱਕੇ ਨੇ, ਡਾਕਟਰ ਰਾਜ ਕੁਮਾਰ ਚੱਬੇਵਾਲ ਪਾਰਟੀ ਛੱਡ ਚੁੱਕੇ ਨੇ, ਰਵਨੀਤ ਬਿੱਟੂ ਮੌਜੂਦਾ ਸੰਸਦ ਮੈਂਬਰ ਪਾਰਟੀ ਛੱਡ ਚੁੱਕੇ ਨੇ, ਡਾਕਟਰ ਜੋ ਡਾਕਟਰ ਨੇ ਪ੍ਰਨੀਤ ਕੌਰ, ਮਹਾਰਾਣੀ ਪ੍ਰਨੀਤ ਕੌਰ ਜੋ ਸੰਸਦ ਮੈਂਬਰ ਨੇ ਉਹ ਜਿਹੜੇ ਕਿ ਪਾਰਟੀ ਛੱਡ ਚੁੱਕੇ ਨੇ। ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਆਗੂ ਨੇ ਜਿਹਨਾਂ ਨੇ ਕਾਂਗਰਸ ਨੂੰ ਅਲਵਿਦਾ ਆਖਿਆ। ਦਲਵੀਰ ਗੋਲਡੀ ਜਿਹੜੇ ਕਿ ਹੁਣ ਇਸ ਪੂਰੀ ਪਾਰੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜੋ ਲੀਡਰ ਸਨ ਕਾਂਗਰਸ ਦੇ, ਉਹ ਜਾਂ ਤਾਂ ਕਿਸੇ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ, ਅਤੇ ਮਹਿੰਦਰ ਕੇਪੀ ਜਿਹੜੇ ਕਿ ਇਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ। ਹਾਲਾਂਕਿ ਦਲਵੀਰ ਸਿੰਘ ਗੋਲਡੀ ਕਿਸ ਨਵੀਂ ਰਾਜਨੀਤਿਕ ਪਾਰਟੀ ਦੇ ਨਾਲ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ, ਠੀਕ ਹੈ, ਇਹ ਦੇਖਣ ਵਾਲੀ ਗੱਲ ਹੈ। ਠੀਕ ਹੈ ਕਮਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀ।